ਅਸਲਾਮ ਵਾਲੇਕਮ ਵਰਹਮਤੁੱਲਾ ਵਬਰਕਾਤੋਹੂ ਮੇਰੇ ਪਿਆਰੇ ਪਿਆਰੇ ਮਿੱਤਰੋ, ਸੱਜਣੋ, ਬੇਲੀਓ, ਭੈਣਾਂ ਅਤੇ ਭਰਾਓ, ਮੈਂ ਤੁਹਾਡਾ ਮੇਜ਼ਬਾਨ ਸ਼ਰਾਫਤ ਅਲੀ ਰਹਿਮਾਨੀ। ਸੱਜਣੋ, ਮੈਂ ਰੋਜ਼ਾਨਾ ਸ਼ਾਮ 7 ਵਜੇ ਸੱਜਣਾਂ ਦੇ ਹਾਜ਼ਰ ਹੁੰਦਾ, ਸ਼ਾਮ ਨੂੰ 7 ਵਜੇ, ਇਸ ਵਾਸਤੇ ਕਿ ਸੱਜਣ ਦੋਸਤ ਜਿਹੜੇ ਨੇ ਕਾਰੋਬਾਰੀ ਬੰਦੇ ਨੇ ਅਤੇ ਕਾਰੋਬਾਰ ਕਰਕੇ ਉਸ ਟਾਈਮ 'ਤੇ ਫਰਕ ਹੋ ਜਾਂਦੇ ਨੇ, ਅਤੇ ਚਲੋ ਉਹ ਮੇਰੀ ਵੀ ਗੱਲ ਸੁਣ ਲੈਣ। ਹਾਂਜੀ, ਇਸ ਵਾਸਤੇ ਮੈਂ ਸ਼ਾਮ ਨੂੰ 7 ਵਜੇ ਆਦਰ ਹੁੰਦਾ, ਮੇਰੀ ਵੀਡੀਓ ਜਿਹੜੀ ਸ਼ਾਮ ਨੂੰ 7 ਵਜੇ ਆ ਜਾਂਦੀ ਹੈ ਪੰਜਾਬੀ ਚੈਨਲ ਫਰਿਆਦ ਮਹਿਮੂਦ, ਇਹਨੂੰ ਸਬਸਕ੍ਰਾਈਬ ਕਰਕੇ ਅਤੇ ਘੰਟੀ ਔਨ ਕਰਨੀ ਨਹੀਂ ਭੁੱਲਣੀ, ਤਾਂ ਕਿ ਆਉਣ ਵਾਲਾ ਹਰ ਪ੍ਰੋਗਰਾਮ, ਹਰ ਵੀਡੀਓ ਸੱਜਣਾਂ ਦੇ ਸਾਹਮਣੇ ਆਵੇ। ਸੱਜਣੋ, ਗੱਲ ਇਹ ਵੀ ਦੁਨੀਆ ਵੱਖਰ ਵੱਖਰ ਦੀ ਗੱਲ ਹੁੰਦੀ ਹੈ, ਦੁਨੀਆ ਜਿਵੇਂ ਜਿਵੇਂ ਦੁਨੀਆ ਬਦਲਦੀ ਜਾਂਦੀ ਹੈ, ਇਹਦਾ ਲੱਗਾ ਜਾਂਦਾ ਕੰਮ ਉਵੇਂ ਕੰਮ ਵੀ ਬਦਲਦੇ ਜਾਂਦੇ ਨੇ। ਪਹਿਲੇ ਕੰਮ ਕੀ ਸਨ? ਜਦੋਂ ਸ਼ਾਦੀਆਂ ਹੁੰਦੀਆਂ ਸਨ ਨਾ, ਕਿਆ ਹੀ ਬਾਤ ਸੀ, ਕਿਆ ਹੀ ਬਾਤ ਸੀ ਜੀ, ਸ਼ਾਦੀ ਹੋਣੀ, ਜੰਜ ਜਾਣੀ, ਰਾਤ ਰਹਿਣੀ, ਜੰਜਾਂ ਜਾਣੀਆਂ ਨਾ ਜਲੇ, ਉਹ ਜੰਜਾਂ ਜਿਹੜੀਆਂ ਰਾਤਾਂ ਰਹਿੰਦੀਆਂ ਸਨ, ਅਤੇ ਜਾਂਜੀ ਜਿਹੜੇ ਨੇ ਜਨਾਬ ਨਾਲ ਆਪਦਾ ਅਖਾੜਾ ਤਮਾਸ਼ਾ ਜਿਹੜਾ ਨਾ ਉਹ ਲੈ ਕੇ ਜਾਂਦੇ ਸਨ ਰਾਤ, ਉਹਦੇ ਅਖਾੜਾ ਉਹਨਾਂ ਸੁਣਨਾ ਬੜੇ ਪ੍ਰੇਮ ਨਾਲ। ਹਾਂਜੀ, ਰਾਤ ਨੂੰ ਰੋਟੀ ਹੋਣੀ ਜੀ, ਜਾਂ ਚਾਵਲ ਹੋਣੇ ਮਿੱਠੇ ਗੁੜ ਵਾਲੇ, ਜਾਂ ਹੋਣਾ ਦੂਸਰਾ ਹਲਵਾ ਹੋਣਾ ਉਹ ਵੀ ਗੁੜ ਦਾ, ਅੱਗੋਂ ਸਵੇਰੇ ਜਨਾਬ ਲਈ ਉਹਨਾਂ ਨੇ ਰੋਟੀ ਖਵਾਉਣੀ ਗੋਸ਼ਤ ਨਾਲ, ਅਤੇ 12-1 ਵਜੇ ਇੱਕ ਪੇਸ਼ੀ ਵੇਲੇ ਉਹਨਾਂ ਨੇ ਬਰਾਤ ਜਿਹੜੀ ਨੂੰ ਉਹ ਰਵਾਨਾ ਕਰਨੀ, ਡੋਲੀ ਜਿਹੜੀ ਵਿਦਿਆ ਕਰਨੀ ਕੁੜੀ ਨੂੰ, ਅਤੇ ਬਰਾਤ ਜਿਹੜੀ ਵਾਪਸ ਜਾਣੀ। ਦੋਸਤੋ, ਇੱਕ ਸਰਦਾਰ ਸਨ, ਉਹਨੇ ਜਦੋਂ ਮੈਂ ਇਹ ਗੱਲ ਲੱਗਾ ਸੁਣਿਆ ਜੇ, ਸਰਦਾਰ ਕਿਹਨੂੰ ਕਹਿੰਦੇ ਨੇ? ਅਸਲ ਸਰਦਾਰ ਉਹ ਹੁੰਦਾ ਜਿਹੜਾ, ਜਿਹੜੇ ਸਿੱਖ ਨੇ ਉਹ ਆਪਣੇ ਆਪ ਨੂੰ ਸਰਦਾਰ ਕਹਿੰਦੇ ਨੇ। ਜਦੋਂ ਅਸੀਂ ਸਰਦਾਰਾਂ ਦਾ ਨਾਂ ਲੈਂਦੇ ਹਾਂ ਨਾ, ਉਦੋਂ ਸਮਝਿਆ ਕਰੋ ਵੀ ਉਹਨਾਂ ਸਿੱਖਾਂ ਦੀ ਗੱਲ ਕਰਦੇ ਨੇ, ਸਰਦਾਰ ਸਿੱਖ। ਵੈਸੇ ਤਾਂ ਮੁਸਲਮਾਨ ਵੀ ਸਰਦਾਰ ਹੁੰਦੇ ਨੇ, ਜਿਹੜੇ ਵੱਡੇ ਹੋਣ, ਚੰਗੇ ਚੌਧਰੀ ਹੋਣ, ਸਰਦਾਰ ਹੀ ਨੇ ਜੀ। ਬਹਰਹਾਲ ਉਹ ਜਿਹੜੇ ਸਿੱਖ ਨੇ ਨਾ, ਉਹ ਸਰਦਾਰੀ ਜ਼ਿਆਦਾ ਜਗਾਉਂਦੇ ਨੇ, ਆਪਦੇ ਆਪ ਨੂੰ ਜ਼ਿਆਦਾ ਉਹ ਸਰਦਾਰ ਸਮਝਦੇ ਨੇ। ਉਹਨਾਂ ਦੀ ਹੁਣ ਬਰਾਤ ਟੁੱਕੀ ਕਿਤੇ ਕਿਸੇ ਇਲਾਕੇ ਦੇ ਵਿੱਚ, ਅਖਾੜਾ ਸਹੀ ਨਾਲ ਲਗਾਏ ਹੋਏ, ਰਾਤ ਰੱਬ ਲਈ ਜਲੇ ਬੈਠੇ, ਅਤੇ ਮੰਜੀਆਂ ਡੱਠੀਆਂ ਹੋਈਆਂ, ਚਾਹ ਚ ਫਿਰ ਰਹਿਣ ਲੈਣਾ ਬੰਨ ਕੇ, ਅਤੇ ਸਾਰੇ ਲੋਕ ਬਹਿ ਗਏ, ਕੋਈ ਜਾਂਜੀ ਬਹਿ ਗਏ, ਕੁਝ ਉਹਨਾਂ ਦੇ ਮੇਲੀ ਵੀ ਉਹ ਵੀ ਬਹਿ ਗਏ, ਬਾਕੀ ਪਿੰਡ ਵਾਲੇ ਜਿਹੜੇ ਹੁੰਦੇ ਨੇ, ਆਖਰ ਤਮਾਸ਼ਾ ਖਾੜਾ ਹੋਵੇ ਤਾਂ ਮੁੜ ਦੁਨੀਆ ਸੁਣਨ ਆਉਂਦੀ ਸੀ। ਹੁਣ ਤਮਾਸ਼ਿਆਂ ਵਾਲਾ ਤਾਂ ਜ਼ਮਾਨਾ ਹੀ ਕੋਈ ਰਹੇਗਾ, ਤਾਂ ਨਾ ਕੁਛ ਸੁਣਦਾ, ਬਹਰਹਾਲ ਤਮਾਸ਼ੇ ਹੁਣ ਕਿਤੇ ਹੈਗਾ ਹੀ ਕੋਈ ਨਹੀਂ ਅਖਾੜਾ। ਉਹ ਸੱਜਣੋ ਆਪਦੇ ਗਾਣੇ ਮਾਣੇ ਜਿਹੜੇ ਨੇ ਨਾ, ਉਹ ਸੁਣਾਉਂਦੇ ਰਹੇ ਤਮਾਸ਼ੇ ਵਾਲੇ। ਮੈਂ ਤਾਂ ਇੱਕ ਸਰਦਾਰ ਉੱਠਿਆ, ਉਹਨੇ ਕਿਹਾ ਬਈ ਗੱਲ ਸੁਣੋ, ਗਾਣੇ ਅਸੀਂ ਰੇਡੀਓ 'ਚ ਵੀ ਸੁਣਨੇ ਹਾਂ, ਟੈਲੀਵਿਜ਼ਨਾਂ 'ਚ ਵੀ ਸੁਣਨੇ ਹਾਂ, ਟੇਪਾਂ 'ਚ ਵੀ ਸੁਣ ਲੈਂਦੇ ਹਾਂ, ਸਪੀਕਰਾਂ 'ਚ ਗਾਣੇ ਸੁਣ, ਉਹਦੇ ਸਪੀਕਰ ਹੁੰਦੇ ਸਨ, ਵਿਆਹਾਂ ਸ਼ਾਦੀਆਂ 'ਤੇ ਚੱਲਦਾ ਸੀ ਸਪੀਕਰ, ਲਾਊਡ ਸਪੀਕਰ, ਤਵਾ ਲਾਉਣਾ ਉੱਤੇ ਜਨਾਬ ਮਸ਼ੀਨ ਦੇ, ਉਹਨਾਂ 'ਤੇ ਉਹ ਗਾਣੇ ਸੁਣਨੇ ਰਿਕਾਰਡ। ਉਹਨਾਂ ਕਹਿੰਦੇ ਸੀ ਗਾਣੇ ਸੁਣਦੇ ਰਹਿੰਦੇ, ਸਾਨੂੰ ਇਹਨਾਂ ਦੀ ਲੋੜ ਨਹੀਂ, ਤਾਂ ਇਹ ਵਾਸਤੇ ਤੁਹਾਨੂੰ ਲਿਆਂਦਾ ਕਿ ਤੁਸੀਂ ਨਕਲੀਏ ਜੇ ਪੰਡ ਜੇ, ਸਾਨੂੰ ਕੋਈ ਨਕਲ ਸੁਣਾਓ ਕੋਈ ਚੰਗੀ ਚੱਜ ਦੀ, ਨਗਾਈ ਨਕਲ ਸੁਣਾਈਏ ਗਿਆ।
ਨਾ ਸਰਦਾਰ ਜੀ ਸਾਨੂੰ ਡਰ ਵੀ ਕੁਛ ਆਉਂਦਾ ਹੈ ਕਿਉਂਕਿ ਅਸੀਂ ਨਕਲ ਸੁਣਾਉਣੀ ਹੁੰਦੀ ਮੁੜ ਜਿਹੜੇ ਬਸ ਬੁਲਾਉਂਦੇ ਨਹੀਂ ਸੱਕੀ ਮਾਂ ਨਾਲੋਂ ਵੀ ਅਸੀਂ ਉਹਨੂੰ ਵੀ ਝਾਕ ਮਖੌਲ ਕਰਨ ਨਹੀਂ ਬੁਲਾਉਂਦੇ ਅਤੇ ਪਿਓ ਨਾਲ ਵੀ ਅਸੀਂ ਕਦੇ ਨਹੀਂ ਬੁਲਾਏ ਸਾਡੇ ਮੂੰਹ ਤੋਂ ਗੱਲ ਆਈ ਜਿਹੜੀ ਇਹਨੂੰ ਉਸ ਨਿਕਲ ਜਾਂਦੀ ਹੈ ਅਤੇ ਮਤ ਨਾ ਜਾਣੀਏ ਵੀ ਕੋਈ ਸਰਦਾਰ ਕੋਈ ਬਗੇੜੀ ਕਰੇ ਇਸ ਵਾਸਤੇ ਅਸੀਂ ਕੋਈ ਨਾ ਰਹਿੰਦੇ ਹਾਂ ਜੇਕਰ ਤੁਸੀਂ ਸਾਨੂੰ ਕਹਿੰਦੇ ਹੋ ਤਾਂ ਅਸੀਂ ਤੁਹਾਨੂੰ ਜੀ ਕੋਈ ਨਕਲ ਸੁਣਾ ਦਿੰਦੇ ਹਾਂ ਉਹਨੇ ਕਹਾ ਨਕਲ ਸੁਣਾਓ ਜੇ ਜੀ ਮਰਜ਼ੀ ਸੁਣਾਓ ਤੁਸੀਂ ਸਾਨੂੰ ਕੋਈ ਨਕਲ ਡਰਾਮਾ ਸੁਣਾਓ ਤਾਂ ਕਿ ਬੰਦੇ ਖੁਸ਼ ਹੋਣ ਉਹਨੇ ਕਹਾ ਠੀਕ ਹੈ ਜੀ ਲਓ ਜੀ ਉਹਨਾਂ ਕੀ ਕੰਮ ਕੀਤਾ ਉਹਨਾਂ ਕਹਾ ਵੀ ਸਾਨੂੰ ਨਾ ਇੱਕ ਰੱਸਾ ਚਾਹੀਦਾ ਕੋਈ ਥੋੜ੍ਹਾ ਜਿਹਾ ਸਰਦਾਰ ਜੀ ਰੱਸਾ ਇੱਕ ਚਾਹੀਦਾ ਕੋਈ ਵਾਹਵਾ ਕੋਈ 15-20 ਫੁੱਟ ਜਿਹੜਾ ਨਾ ਉਹ ਲੰਮਾ ਹੋਣਾ ਚਾਹੀਦਾ ਉਹਨਾਂ ਕਹਾ ਠੀਕ ਹੈ ਜੀ ਮੰਗਾ ਦਿੰਦੇ ਹਾਂ ਲਓ ਜੀ ਉਹਨਾਂ ਰੱਸਾ ਜਿਹੜਾ ਸੀ ਨਾ ਮੰਗਾ ਕੇ ਦਿੱਤਾ ਮਾਨਤੀ ਜੀ ਲਿਆ ਕੇ ਤੁਹਾਨੂੰ ਉਹਨੂੰ ਪਿਛਾ ਉਹਨਾਂ ਨੂੰ ਫੜਾ ਦਿੱਤਾ ਲਓ ਜੀ ਰੱਸਾ ਜੇ ਕੀ ਹੋਇਆ ਜੀ ਉਹਨਾਂ ਰੱਸਾ ਫੜ ਕੇ ਨਾ ਅਤੇ ਉਹ ਜਿਹੜੇ ਵੱਡੇ ਵੱਡੇ ਸਰਦਾਰ ਸਨ ਜਿੰਨੇ ਬੈਠੇ ਅੱਗੇ ਵੱਡੀਆਂ ਵੱਡੀਆਂ ਪੱਗਾਂ ਉਹਨਾਂ ਬੱਧੀਆਂ ਹੋਈਆਂ ਸਰਦਾਰ ਜਿਹੜੇ ਸਨ ਸਿੱਖ ਜਨਾਬ ਵਾਲੀ ਅੱਗੇ ਅੱਗੇ ਬੈਠੇ ਹੋਏ ਅਤੇ ਉਹਨਾਂ ਸਾਰਿਆਂ ਨੇ ਆਖਿਆ ਵੀ ਲਓ ਸਰਦਾਰ ਜੀ ਇੱਕ ਇੱਕ ਹੱਥ ਪਾ ਲਓ ਉਹ ਰੱਸਾ ਜਿਹੜੇ ਨੇ ਚਫੇਰੇ ਹੀ ਲੰਮਾ ਤਾਂ ਕਰਕੇ ਨਾ ਹੋਣਾ ਅਤੇ ਉਹ ਦੂਸਰਾ ਮਤਲਬ ਹੈ ਕਿ ਉਹ ਆਖਿਆ ਇੱਕ ਇੱਕ ਹੱਥ ਪਾ ਲਓ ਸਾਰੇ ਉਹਨਾਂ ਦੀ ਜਾਣੇ ਬਲਾ ਵੀ ਇਹਨਾਂ ਗੱਲ ਕਿਹੜੀ ਕਰਨੀ ਹੈ ਉਹਨੇ ਸਾਰਿਆਂ ਬੰਦਿਆਂ ਨੂੰ ਇੱਕ ਇੱਕ ਹੱਥ ਜਿਹੜਾ ਉਹਨਾਂ ਨਕਲੀਆਂ ਨੇ ਪਵਾ ਦਿੱਤਾ ਪਾ ਕੇ ਬਹਿ ਗਏ ਇੱਕ ਉਹਨਾਂ ਚੋਂ ਨਕਲੀਆ ਉੱਠਿਆ ਜੀ ਉਹਨੇ ਸਿਰ ਤੋਂ ਸਾਫਾ ਬਾਂਧ ਲਿਆ ਐਡੀ ਲੰਮੀ ਸੋਟੀ ਲਈ ਉਸ ਤੇਰੇ ਟੋਂਗਲੇ ਹੋਰ ਇੱਕ ਲਿਆ ਕੀ ਲਿਆ ਜੀ ਛਿੱਤਰ ਫੜ ਲਿਆ ਵੱਡਾ ਹਰਾ ਜੁੱਤੀ ਦਾ ਉਹਨੂੰ ਇੱਕ ਰੱਸੀ ਬੰਨ ਲਈ ਬੰਨ ਕੇ ਤਾਂ ਉਹੀ ਇੱਕ ਪਵਾਉਂਦਾ ਫਿਰੇ ਇਹ ਜੀ ਬਣ ਗਿਆ ਘੁਮਿਆਰ ਘੁਮਿਆਰ ਬਣ ਗਿਆ ਇੱਕ ਉਹਨਾਂ ਜੀ ਚੌਧਰੀ ਬਣ ਗਿਆ ਉਹ ਚੌਧਰੀ ਆਵਾਜ਼ ਮਾਰਦਾ ਉਹ ਤੁਲਿਆ ਘੁਮਿਆਰ ਨੂੰ ਉਹਨਾਂ ਕਹਾ ਉਹਦੀ ਚੌਧਰੀ ਜੀ ਖੈਰ ਆਏ ਸਵੇਰ ਸਵੇਰ ਤੁਹਾਡਾ ਰੱਸਾ ਕਿੰਨਾ ਖੋਲਿਆ ਹੈ ਉਹਨੇ ਕਹਾ ਗੱਲ ਸੁਣੋ ਮੇਰੀ ਤੇਰੇ ਖੋਤੇ ਰੋਜ਼ ਉਜਾੜਾ ਕਰਦੇ ਨੇ ਮੇਰਾ ਮੇਰੀ ਪਹਿਲੀ ਉਜਾੜਦੇ ਨੇ ਅਤੇ ਤੇਰੇ ਕੋਲ ਬਣ ਬਜ ਨਹੀਂ ਸਕਦੇ ਬਣਦਾ ਕਿਉਂ ਨਹੀਂ ਤੂੰ ਉਹਨਾਂ ਨੂੰ ਉਹਨੇ ਕਹਾ ਮੇਰੇ ਖੋਤੇ ਆ ਉਹਨੇ ਕਹਾ ਉਧਰਾ ਮੇਰੇ ਲਿਆ ਗੱਲ ਤੂੰ ਮੇਰੀ ਪੂਰਾ ਉਹਨੂੰ ਬਾਂਧ ਫੱਦ ਕੇ ਲਈ ਗਿਆ ਉਹਨੂੰ ਜਾ ਕਹਿੰਦਾ ਆ ਵੇਖ ਮੇਰੇ ਜਿੰਨੇ ਨੇ ਸਾਰੇ ਬੱਧੇ ਖੜੇ ਨੇ ਉਹ ਰੱਸਾ ਫੜਾਇਆ ਸੀ ਨਾ ਸਾਰਿਆਂ ਨੂੰ ਇੱਕ ਹੱਥ ਪਵਾਇਆ ਸੀ ਉਹਨੇ ਕਿਹਾ ਮੇਰੇ ਜਿੰਨੇ ਖੋਤੇ ਨੇ ਸਾਰੇ ਬੰਦੇ ਖੜੇ ਨਹੀਂ ਅਤੇ ਆਹੋ ਇੱਕ ਜਿਹੜਾ ਨਾ ਬੁੱਢਾ ਖੋਤਾ ਉਹ ਬੜਾ ਮਾਣਾ ਸੀ ਉਹ ਦੀਆਂ ਮਤਲਬ ਹੈ ਕਿ ਕਿਸੇ ਦਾ ਜਾਨ ਨੁਕਸਾਨ ਨਹੀਂ ਕਰਦਾ ਉਹ ਸਰਦਾਰ ਜਿਹੜਾ ਸਾਨੂੰ ਨਚਲਾ ਕੇ ਮਰਸ ਨੰਗ ਜਾਤ ਦੀ ਉਹਦੇ ਪੁੱਤ ਸਾਨੂੰ ਖੋਤਾ ਹੀ ਬਣਾ ਦਿੱਤਾ ਤੁਸੀਂ ਹਾਂਜੀ ਉਹਨਾਂ ਕਹਾ ਸਰਦਾਰ ਜੀ ਮੈਨੂੰ ਨਕਲਾਂ ਤਾਂ ਸਾਡੀਆਂ ਇਹੀ ਹੁੰਦੀਆਂ ਨੇ ਹੁਣ ਇਹੋ ਜਿਹੀਆਂ ਨਕਲਾਂ ਉਹ ਕਰਦੇ ਸਨ ਸਾਰੀ ਰਾਤ ਖੜ ਫਿਰ ਉਹਨਾਂ ਜਾਤ ਲਈ ਨਾ ਚੱਲੇ ਉਹਨਾਂ ਕੋਲ ਫਿਰ ਮਜ਼ਾਲ ਹੈ ਜੀ ਉਹਨਾਂ ਸਰਦਾਰਾਂ ਨੇ ਕੋਈ ਉਹਨਾਂ ਨੂੰ ਲੰਮੀ ਚੌੜੀ ਕੋਈ ਗੱਲ ਕੀਤੀ ਹੋਵੇ ਜਾਂ ਕੋਈ ਕਿਸੇ ਕਿਸਮ ਦੀ ਉਹਨਾਂ ਪੁੱਛਿਆ ਸੀ ਬਈ ਸਾਨੂੰ ਬਈ ਡਰ ਆਉਂਦਾ ਜਦ ਦਿਓ ਤੁਸੀਂ ਨਕਲ ਸੁਣਾਉਣਾ ਅਸੀਂ ਇਹ ਜਿਹੀਆਂ ਨਕਲਾਂ ਉਹ ਸੁਣਾਉਂਦੇ ਸਨ ਅਤੇ ਡਰਾਮੇ ਸੁਣਾਉਣੇ ਸਾਰੀ ਰਾਤ ਬਹਿ ਜਾ ਹੋ ਜਾਣੀ ਤਾਂ ਕਿਆ ਹੀ ਬਾਤ ਹੈ ਹੁਣ ਵਕਤ ਕੀ ਆ ਗਿਆ ਜੀ ਹੁਣ ਨਾ ਤਾਂ ਕੋਈ ਉਹ ਅਖਾੜਾ ਰਹਿ ਗਿਆ ਨਾ ਕੋਈ ਉਹ ਤਮਾਸ਼ਾ ਰਹਿ ਗਿਆ ਹੁਣ ਮੋਬਾਈਲ ਨੇ ਹਰ ਬੰਦੇ ਦੇ ਹੱਥ 'ਚ ਨੇ ਅਤੇ ਵੇਖਦੇ ਕੀ ਨੇ ਟਿਕਟੋਕ 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 ਦਾ ਫਾਇਦਾ ਕੋਈ ਨਹੀਂ ਕੀ ਫਾਇਦਾ ਬਈ ਹੁੰਦਾ ਨਾ ਕੋਈ ਚੱਜ ਦੀ ਗੱਲ ਪੂਰੀ ਸੁਣੀਦੀ ਉਹਦੇ 'ਚ ਨਾ ਕੋਈ ਲੈਣ ਦੇਣੀ ਹਾਂ ਪੂਰੀ ਗੱਲ ਸੁਣਨ ਵਾਸਤੇ ਚੈਨਲ ਬੜੇ ਬੜੇ ਨੇ ਯੂਟਿਊਬ 'ਤੇ ਹੋਰ ਵੀ ਹੈਗੇ ਨੇ ਮੇਰਾ ਵੀ ਚੈਨਲ ਹੈ ਇਹਨੂੰ ਤੁਸੀਂ ਫਰੋਲ ਕੇ ਵੇਖੋ ਜਨਾਬ ਤਾਂ ਤੁਹਾਨੂੰ ਹਰ ਗੱਲ ਲੱਭੇਗੀ ਚੰਗੀ ਤੋਂ ਚੰਗੀ ਲੱਭੇਗੀ ਪਰ ਵੇਖੋ ਤਾਂ ਸਹੀ
ਫਾਇਦਾ ਤਾਂ ਉਠਾਓ, ਵੀ ਕਿਸੇ ਗੱਲ ਵਿੱਚੋਂ ਕੋਈ ਫਾਇਦਾ ਵੀ ਹੁੰਦਾ, ਕੋਈ ਸੁਣਨ ਵਾਲੀ ਗੱਲ ਹੁੰਦੀ ਜਿਹੜੀ ਬੰਦੇ ਨੂੰ ਚਿੱਥਣ ਵਾਲੀ ਹੁੰਦੀ, ਚਿੱਥਣੀ ਪੈਂਦੀ ਬੰਦੇ ਦੇ ਕੰਮ ਆਉਂਦੀ। ਨੈੱਟ ਵੀ ਖਰਚ ਕਰੋ ਅਤੇ ਫਿਰ ਕੋਈ ਚਾਹੀਦੀ ਗੱਲ ਨਾ ਸੁਣੋ ਤਾਂ ਫਿਰ ਫਾਇਦਾ ਤਾਂ ਕੋਈ ਨਾ ਹੋਇਆ। ਇਸ ਵਾਸਤੇ ਮੈਂ ਦੋਸਤਾਂ ਨੂੰ ਆਹਦਾ ਰਹਿੰਦਾ ਕਿ ਮੇਰਾ ਚੈਨਲ ਫਰਿਆਦ ਮਹਿਮੂਦ, ਇਹਨੂੰ ਸਬਸਕ੍ਰਾਈਬ ਕਰੋ, ਕੈਡੀ ਔਨ ਕਰੋ, ਕਹਾਣੀਆਂ ਲਤੀਫੇ, ਬਾਦਸ਼ਾਹਾਂ ਦੀਆਂ ਕਹਾਣੀਆਂ, ਗੱਲਾਂ ਆਮ ਬੰਦਿਆਂ ਦੀਆਂ, ਸਰਦਾਰਾਂ ਦੀਆਂ, ਜੱਟਾਂ ਜ਼ਿਮੀਂਦਾਰਾਂ ਦੀਆਂ, ਕੁਮਿਆਰਾਂ ਦੀਆਂ, ਜੋ ਕੋਈ ਅੱਛੀ ਗੱਲ ਲੱਗਦੀ ਹੈ ਉਹ ਅਸੀਂ ਸੱਜਣਾ ਨੂੰ ਸੁਣਾਉਣੇ ਹਾਂ। ਠੀਕ ਹੈ ਸੱਜਣੋ, ਬੜੀ ਮਿਹਨਤ ਇੱਕ ਦੋਸਤ ਜਿਹੜੇ ਨੇ ਗੱਲ 'ਤੇ ਅਮਲ ਕਰਨਗੇ ਅਤੇ ਸੁਣਨਗੇ। ਹੋਰ ਵੀ ਬੜੇ ਬੜੇ ਚੈਨਲ ਹੈਗੇ ਨੇ, ਇਹ ਨਹੀਂ ਵੀ ਨਹੀਂ, ਬੜੇ ਬੜੇ ਚੈਨਲ ਅੱਛੇ 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 ਚੈਨਲ ਨੇ ਜਿਹਦੇ ਅੱਛੀਆਂ ਅੱਛੀ ਗੱਲਾਂ ਆਉਂਦੀਆਂ ਨੇ, ਉਹ ਸੁਣਿਆ ਕਰੋ। ਠੀਕ ਹੈ ਅਤੇ ਹੁਣ ਤੁਸੀਂ ਇਜਾਜ਼ਤ ਦਿਓ ਅਸ਼ਰਫ ਅਲੀ ਰਹਿਮਾਨੀ ਨੂੰ ਜੀ, ਕੱਲ੍ਹ ਸ਼ਾਮ 7 ਵਜੇ ਇਨਸ਼ਾਅੱਲਾ ਹਾਜ਼ਰ ਹੋਵਾਂਗੇ ਜੀ। ਪਾਕਿਸਤਾਨ ਜ਼ਿੰਦਾਬਾਦ।